ਡੈਮੋਕ੍ਰੈਟਿਕ ਪ੍ਰੈਸ ਕਲੱਬ ਅਤੇ ਨੈਸ਼ਨਲ ਵੈਲਫੇਅਰ ਮੂਵਮੈਂਟ ਦੇ ਸਾਂਝੀ ਉਦਮ ਨਾਲ ਸਥਾਨਕ ਮਲੇਰਕੋਟਲਾ ਕਲੱਬ ਵਿਖੇ ਆਯੋਜਿਤ ਈਦ ਮਿਲਨ ਕਮ ਆਪਸੀ ਭਾਈਚਾਰਕ ਏਕਤਾ ਪ੍ਰੋਗਰਾਮ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਹਜ਼ਰਤ ਮੌਲਾਨਾ ਵਹਾਬੁੱਦੀਨ ਕਾਸਮੀ ਸੂਬਾ ਪ੍ਰਧਾਨ ਜਮੀਅਤ ਉਲ ਉਲਮਾ ਹਿੰਦ ਨੇ ਕਿਹਾ ਕਿ ਸਮਾਜ ਦੀ ਸ਼ਕਲ ਵਿੱਚ ਮਿਲਜੁਲ ਕੇ ਰਹਿਣਾ ਇਨਸਾਨੀ ਫਿਤਰ ਦਾ ਤਕਾਜ਼ਾ ਹੈ। ਉਹਨਾਂ ਕਿਹਾ ਕਿ ਮੁਲਕ ਦੇ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਵੀ ਜ਼ਰੂਰੀ ਹੈ ਕਿ ਵੱਖ ਵੱਖ ਧਰਮਾਂ ਦੇ ਲੋਕ ਆਪਸ ਵਿੱਚ ਮਿਲਜੁਲ ਕੇ ਰਹਿਣ ਅਤੇ ਇਨਸਾਨੀਅਤ ਦੀ ਕਦਰ ਕਰਨ। ਇਸ ਮੌਕੇ ਸਿੱਖ ਧਰਮ ਦੇ ਸਕਾਲਰ ਅਤੇ ਸਥਾਨਕ ਗੁਰਦੁਆਰਾ ਹਾਂਦਾ ਨਾਲਾ ਦੇ ਮੁਖੀ ਭਾਈ ਨਰਿੰਦਰਪਾਲ ਸਿੰਘ ਨਾਨੂ ਨੇ ਕਿਹਾ ਕਿ ਕੋਈ ਵੀ ਧਰਮ ਆਪਸ ਵਿੱਚ ਵੰਡੀਆਂ ਪਾਉਣ ਦੀ ਆਗਿਆ ਨਹੀਂ ਦਿੰਦਾ ਅਤੇ ਮਿਲਜੁਲ ਕੇ ਕਿਸੇ ਵੀ ਤਿੱਥ ਤਿਉਹਾਰ ਨੂੰ ਮਨਾਉਣ ਦੀ ਉਸ ਵਿੱਚ ਖੁਸ਼ੀ ਵੱਧਦੀ ਹੀ ਨਹੀਂ ਬਲਕਿ ਦੁੱਗਣੀ ਤਿੱਗਣੀ ਹੋ ਜਾਂਦੀ ਹੈ। ਜਦੋਂ ਕਿ SP ਸਰਦਾਰ ਮਨਜੀਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਸਭ ਨੂੰ ਮਿਲਜੁਲ ਕੇ ਰਹਿਣ ਅਤੇ ਸਮਾਜ ਨੂੰ ਨਸ਼ਾਖੋਰੀ ਅਤੇ ਹੋਰ ਕ੍ਰਿਤੀਆਂ ਤੋਂ ਪਾਕ ਰੱਖਣ ਵਿੱਚ ਪੁਲਿਸ ਦੇ ਬਣਦੇ ਸਹਿਯੋਗ ਦੀ ਪੂਰੀ ਗਾਰੰਟੀ ਦਿੱਤੀ। ਇਸ ਮੌਕੇ ਸਟੇਜ ਸਕੱਤਰਾਂ ਦੀ ਭੂਮਿਕਾ ਨਿਭਾਉਂਦਿਆਂ ਪ੍ਰਿੰਸੀਪਲ ਯਾਸੀਨ ਅਲੀ ਨੇ ਆਯੋਜਿਤ ਪ੍ਰੋਗਰਾਮ ਦਾ ਇੱਕੋ ਇੱਕ ਮਕਸਦ ਮਲੇਰਕੋਟਲਾ ਦੀ ਸਦੀਆਂ ਪੁਰਾਣੀ ਗੰਗਾ ਜਮਨੀ ਤਹਿਜੀਬ ਨੂੰ ਬਰਕਰਾਰ ਰੱਖਣਾ ਦੱਸਿਆ ਅਤੇ ਉਹਨਾਂ ਕਿਹਾ ਕਿ ਅੱਜ ਦੇ ਪ੍ਰੋਗਰਾਮ 'ਚ ਵੱਖ ਵੱਖ ਧਰਮਾਂ ਦੇ ਲੋਕਾਂ ਦਾ ਸ਼ਾਮਿਲ ਹੋਣਾ ਇਸ ਗੱਲ ਦੀ ਜ਼ਮਾਨਤ ਹੈ ਕਿ ਲੋਕ ਆਪਸ ਵਿੱਚ ਮਿਲਜੁਲ ਕੇ ਰਹਿਣਾ ਚਾਹੁੰਦੇ ਨੇ। ਪ੍ਰੋਗਰਾਮ ਨੂੰ ਜਨਾਬ ਅਬਦੁਲ ਸ਼ਕੂਰ ਸੂਬਾ ਪ੍ਰਧਾਨ ਜਮਾਤ ਇਸਲਾਮੀ ਹਿੰਦ ਜਨਾਬ ਸੁਰੈਸ਼ ਜੈਨ ਸਤਾਰ ਮੁਹੰਮਦ ਲਿਬੜਾ ਮੈਂਬਰ ਪੰਜਾਬ ਵਕਫ ਬੋਰਡ ਜੋਗਿੰਦਰ ਸਿੰਘ ਔਲਖ ਨੇ ਵੀ ਸੰਬੋਧਨ ਕੀਤਾ। ਬੇਅੰਤ ਕਿੰਗਰ ਸਾਬਕਾ ਬਲਾਕ ਪ੍ਰਧਾਨ ਕਾਂਗਰਸੀ ਪਾਰਟੀ ਜਥੇਦਾਰ ਹਾਕਮ ਸਿੰਘ ਚੱਕ ਰਵੀ ਆਜ਼ਾਦ ਸੂਬਾ ਪ੍ਰਧਾਨ ਡੈਮੋਕ੍ਰੈਟਿਕ ਪ੍ਰੈਸ ਕਲੱਬ ਅਤੇ ਪ੍ਰਿੰਸੀਪਲ ਜੋਗਿੰਦਰ ਸਿੰਘ ਔਲਖ ਨੇ ਵੀ ਸੰਬੋਧਨ ਕੀਤਾ। ABC ਇੰਸਟੀਚਿਊਟ ਮਿਲਕੋਵੈਲ ਦਾ ਟਰੈਕਟਰਸ ਰੈਡੀਐਂਸ ਦਸ਼ਮੇਸ਼ ਕੰਬਾਈਨਸ KS ਕੰਬਾਈਨਸ ਨਾਭਾ ਪੇਪਰ ਮਿਲਸ ਵਿਸ਼ਾਲ ਪੇਪਰ ਮਿਲਸ ਦੇ ਸਹਿਯੋਗ ਨਾਲ ਆਯੋਜਿਤ ਉਕਤ ਪ੍ਰੋਗਰਾਮ ਮੌਕੇ ਬਿਜਲੀ ਬੋਰਡ ਦੇ ASI ਗਫੂਰ ਮੁਹੰਮਦ ਅਡੀਸ਼ਨਲ SC ਜਸਵੀਰ ਸਿੰਘ ਐਕਸ਼ੀਅਨ ਆਮਿਰ ਅਸਰਫ SDO ਰਵਿੰਦਰ ਸਿੰਘ ਸੋਹੀ SDO ਗਮਦੂਰ ਸਿੰਘ SDO ਰਾਜੇਸ਼ ਕੁਮਾਰ ਸਮਾਜ ਸੇਵੀ ਜਹੂਰ ਅਹਿਮਦ ਜਹੂਰ ਸਮਾਜ ਸੇਵੀ ਕੇਸਰ ਭੁੱਲਰ ਸਕਾਦਰ ਇਮਤਿਆਜ਼ ਅਲੀ ਡਾਕਟਰ ਮੁਹੰਮਦ ਅਖਤਰ ਪ੍ਰਿੰਸੀਪਲ ਅਸਰਾਰ ਨਿਜ਼ਾਮੀ ਡਾਕਟਰ ਮੁਹੰਮਦ ਇਰਸ਼ਾਦ ਅਤੇ ਭਾਜਪਾ ਦੇ ਮੰਡਲ ਪ੍ਰਧਾਨ ਅੰਕੂ ਜ਼ਖਮੀ ਡਾਕਟਰ ਮੁਹੰਮਦ ਇਰਸ਼ਾਦ ਅਤੇ ਭਾਜਪਾ ਦੇ ਮੰਡਲ ਪ੍ਰਧਾਨ ਅੰਕੂ ਜ਼ਖਮੀ ਜਿਹੀਆਂ ਪਹੁੰਚੀਆਂ ਖਾਸ ਸ਼ਖਸੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਮੌਜੂਦ ਸਨ। ਤੁਸੀਂ ਕਿੰਨਾ ਪ੍ਰਭਾਵਿਤ ਹੋ? ਮੈਂ ਸਤਾਰ ਮੁਹੰਮਦ ਲਿਬੜਾ ਮੈਂਬਰ ਪੰਜਾਬ ਵਕਫ ਅਤੇ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਬਹੁਤ ਹੀ ਮੁਬਾਰਕਬਾਦ ਦਿੰਦਾ। ਮੈਂ ਡੈਮੋਕ੍ਰੈਟਿਕ ਪ੍ਰੈਸ ਕਲੱਬ ਮਲੇਰਕੋਟਲਾ ਨੂੰ ਔਰ ਨੈਸ਼ਨਲ ਵੈਲਫੇਅਰ ਮੂਵਮੈਂਟ ਨੂੰ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ ਇਸ ਭਾਈਚਾਰਕ ਸਾਂਝ ਨੂੰ ਕਰਵਾਉਣ। ਇਸ ਤਰ੍ਹਾਂ ਅੱਜ ਦੇ ਹਾਲਾਤ ਨੇ ਇਸ ਹਾਲਾਤ ਦੇ ਵਿੱਚ ਇਹ ਵਕਤ ਦੀ ਲੋੜ ਆ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਰਾਸਤ ਦੇ ਵਿੱਚ ਭਾਈਚਾਰਕ ਸਾਂਝ ਦੇ ਸਕੀਏ। ਕੋਈ ਵੀ ਮੁਲਕ ਉਨੀ ਦੇਰ ਤਰੱਕੀ ਨਹੀਂ ਕਰ ਸਕਦਾ ਜਿੰਨੀ ਦੇਰ ਆਪਸੀ ਪਿਆਰ ਨਾ ਹੋਵੇ, ਭਾਈਚਾਰਕ ਸਾਂਝ ਨਾ ਹੋਵੇ ਔਰ ਸ਼ਾਂਤੀ ਨਾ ਹੋਵੇ। ਔਰ ਜਦੋਂ ਇੱਕ ਦੂਏ ਦੇ ਨੇੜੇ ਬੈਠਣਗੇ, ਇੱਕ ਦੂਏ ਨੂੰ ਸਮਝਣਗੇ, ਆਪਸ ਜਿਹੜੀ ਆ ਗਲਤ ਫਹਿਮੀ ਨੂੰ ਦੂਰ ਹੋਣਗੀਆਂ। ਔਰ ਇਹ ਬਹੁਤ ਹੀ ਵਧੀਆ ਉਪਰਾਲਾ ਡੈਮੋਕ੍ਰੈਟਿਕ ਕਲੱਬ ਪ੍ਰੈਸ ਕਲੱਬ ਵੱਲੋਂ ਅਤੇ ਨੈਸ਼ਨਲ ਵੈਲਫੇਅਰ ਮੂਵਮੈਂਟ ਵੱਲੋਂ ਮੈਂ ਜਿੱਥੇ ਇਹ ਮੁਬਾਰਕਬਾਦ ਦਿੰਦਾ ਹੈ ਇਹਦੇ ਸਾਰੇ ਪ੍ਰੋਗਰਾਮ ਦੇ ਆਯੋਜਕਾਂ ਨੂੰ, ਸਾਰੇ ਤੁਹਾਡੇ ਕਲੱਬ ਨੂੰ, ਤੁਹਾਡੇ ਇਸ ਮੂਵਮੈਂਟ ਨੂੰ ਔਰ ਖਾਸ ਤੌਰ 'ਤੇ ਮੇਰੇ ਛੋਟੇ ਵੀਰ ਯਾਸੀਨ ਸਾਹਿਬ ਨੂੰ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ। ਬੇਸ਼ੱਕ ਈਦ ਮਿਲਨ ਹਰ ਸਾਲ ਹੁੰਦੇ ਆ ਪਰ ਇਹ ਪਹਿਲਾ ਪ੍ਰੋਗਰਾਮ ਆ ਕਿ ਜਿਹਦੇ ਵਿੱਚ ਸਾਰੇ ਧਰਮਾਂ ਦੇ ਸਾਰੇ ਵਰਗਾਂ ਦੇ ਲੋਕ ਆਏ ਨੇ ਔਰ ਲੋਕ ਵੀ ਇਹ ਇਸ ਗੱਲ ਦੇ ਔਰ ਲੋਕ ਵੀ ਇਸ ਮੁਬਾਰਕਬਾਦ ਦੇ ਹੱਕਦਾਰ ਨੇ ਕਿਉਂਕਿ ਇਹਦੇ ਵਿੱਚ ਸਾਰੇ ਧਰਮਾਂ ਦੇ ਸਾਰੇ ਵਰਗਾਂ ਦੇ ਔਰ ਅਫਸਰ ਸਹਿਵਾਨ ਸਮਾਜਿਕ ਧਾਰਮਿਕ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਦੇ ਲੋਕ ਇੱਥੇ ਪਹੁੰਚੇ ਨੇ ਕਿਉਂਕਿ ਸਾਰੇ ਹੀ ਇਹ ਲੋੜ ਮਹਿਸੂਸ ਕਰਦੇ ਆ ਕਿ ਇਸ ਭਾਈਚਾਰਕ ਸਮਾਜ ਬਰਕਰਾਰ। ਠੀਕ ਹੈ, ਥੈਂਕ ਯੂ।
ਜੀਵਨ ਨੂੰ ਬਿਲੋਂਗ ਕਰਦਾ ਪਰ ਮੈਨੂੰ ਅੱਜ ਇਹਨਾਂ ਨੇ ਇਸ ਕਲੱਬ ਵੱਲੋਂ ਜਿਹੜਾ ਇਨਵਾਈਟ ਕੀਤਾ ਗਿਆ ਔਰ ਜੈਨ ਧਰਮ ਦੀ ਇੱਕ ਕਮਿਊਨਿਟੀ ਵੱਲੋਂ ਇਸ ਜਿਹੜਾ ਸਾਂਝ ਦਾ ਜਿਹੜਾ ਇੱਕ ਪ੍ਰੋਗਰਾਮ ਕੀਤਾ ਗਿਆ ਉਹਦੇ ਵਿੱਚ ਮੈਨੂੰ ਇਹਨਾਂ ਨੇ ਇਨਵਾਈਟ ਕੀਤਾ ਅਤੇ ਮੈਂ ਧੰਨਵਾਦੀ ਹਾਂ। ਜਿਹੜਾ ਇੱਕ ਪ੍ਰੋਗਰਾਮ ਕੀਤਾ ਗਿਆ ਸਾਂਝ ਬਾਰੇ ਤਰੀਰ ਮਿਲਣ ਦਾ, ਇਹ ਇੱਕ ਬਹੁਤ ਬੜਾ ਉਪਰਾਲਾ ਹੈ ਜਿਸਨੂੰ ਕਰਨਾ ਬਹੁਤ ਮੁਸ਼ਕਿਲ ਹੈ। ਇਹਨਾਂ ਨੇ ਗਾਜ ਸਿੰਘ ਸਾਹਿਬ ਨੇ ਸਾਨੂੰ ਇਨਵਾਈਟ ਕੀਤਾ, ਦੱਸਿਆ ਵੀ ਇਹ ਪ੍ਰੋਗਰਾਮ ਸ਼ਾਮ ਨੂੰ ਪਹੁੰਚਣਾ ਹੈ। ਅਸੀਂ ਪਹੁੰਚੇ ਤਾਂ ਇੱਥੇ ਆ ਕੇ ਬੜਾ ਵਧੀਆ ਲੱਗਿਆ ਕਿ ਸਾਰੇ ਧਰਮਾਂ ਦੇ ਲੋਕ ਇੱਕ ਗੁਲਦਸਤੇ ਦੇ ਵਾਂਗ ਇੱਥੇ ਇੱਕ ਮੰਚ 'ਤੇ ਇਕੱਠੇ ਕਰਕੇ ਸਭ ਨੂੰ ਇੱਕ ਹੋਣ ਦਾ ਸੱਦਾ ਦਿੱਤਾ ਗਿਆ। ਜੇ ਇੱਦਾਂ ਦੇ ਪ੍ਰੋਗਰਾਮ ਨੇ ਸ਼ਹਿਰਾਂ ਦੇ ਵਿੱਚ ਹੁੰਦੇ ਰਹਿਣ ਅਲੱਗ ਅਲੱਗ ਧਰਮਾਂ ਵੱਲੋਂ ਦੋ ਚਾਰ ਛੇ ਮਹੀਨੇ ਬਾਅਦ, ਤਾਂ ਕਦੇ ਵੀ ਆਪਣੇ ਸ਼ਹਿਰਾਂ ਦੇ ਵਿੱਚ ਹਾਲਾਤ ਖਰਾਬ ਨਹੀਂ ਹੋਣਗੇ। ਅਸੀਂ ਇਹ ਉਮੀਦ ਕਰਦੇ ਹਾਂ, ਇਹਨਾਂ ਨੂੰ ਇੱਕ ਵਾਰੀ ਫਿਰ ਅਸੀਂ ਮੁਬਾਰਕਬਾਦ ਦਿੰਦੇ ਹਾਂ ਜਿਹੜੀ ਕਿ ਇਹਨਾਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਭਾਈ ਨਰਿੰਦਰ ਬਾਗ ਸਿੰਘ ਪਿੰਡ ਗ੍ਰੰਥੀ ਗੁਰਦੁਆਰਾ ਸਾਹਿਬ ਮਾਧਾ ਨਾਨਕ ਸਾਹਿਬ। ਸਰ ਅੱਜ ਦਾ ਜੋ ਪ੍ਰੋਗਰਾਮ ਇੱਥੇ ਹੋਇਆ ਹੈ ਉਹਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ, ਕੀ ਸੋਚਦੇ ਹੋ ਤੁਸੀਂ? ਅੱਜ ਦਾ ਜਿਹੜਾ ਪ੍ਰੋਗਰਾਮ ਇਹ ਰੱਖਿਆ ਗਿਆ ਬਹੁਤ ਹੀ ਸ਼ਲਾਘਾਯੋਗ ਅਤੇ ਚੰਗਾ ਉਦਮ ਹੈ, ਕਿਉਂਕਿ ਅਕਸਰ ਇਹ ਹੁੰਦਾ ਵੀ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਠਾ ਕਰਕੇ ਸਾਰਿਆਂ ਦੀਆਂ ਵਿਚਾਰਾਂ ਸੁਣਨੀਆਂ ਔਰ ਸਮਾਜ ਦੀਆਂ ਜਿਹੜੀਆਂ ਕੁਰੀਤੀਆਂ ਅਤੇ ਉਹਨਾਂ ਇਕੱਠੇ ਹੋ ਕੇ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਜਦੋਂ ਅਸੀਂ ਇਹਨਾਂ ਕੁਰੀਤੀਆਂ ਨਾਲ ਲੜਾਂਗੇ ਅਤੇ ਮੇਰਾ ਖਿਆਲ ਹੈ ਵੀ ਉਹਦੇ ਵਾਸਤੇ ਇਹੋ ਜਿਹੇ ਪ੍ਰੋਗਰਾਮ ਬਹੁਤ ਲਾਹੇਵੰਦ ਹਨ ਅਤੇ ਸਾਨੂੰ ਰਲ ਮਿਲ ਕੇ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ। ਅੱਛਾ, ਡੈਮੋਕ੍ਰੈਟਿਕ ਪ੍ਰੈਸ ਕਲੱਬ ਔਰ ਨੈਸ਼ਨਲ ਵੈਲਫੇਅਰ ਮੂਵਮੈਂਟ ਦਾ ਜੋ ਇਹ ਸਾਂਝਾ ਉਦਮ ਸੀਗਾ ਇਹਨੂੰ ਅੱਜ ਤੁਸੀਂ ਕਿੰਨਾ ਕੁ ਕਾਮਯਾਬ ਮੰਨਦੇ ਹੋ? ਬਹੁਤ ਵਧੀਆ ਔਰ ਚੰਗਾ ਮੰਨਦੇ ਹਾਂ। ਦੇਖੋ, ਮੈਂ ਪਹਿਲਾਂ ਵੀ ਆਖਿਆ ਵੀ ਜੇ ਗੁਰਦੁਆਰਾ ਸਾਹਿਬ 'ਚ ਕਈ ਵਾਰ ਸਿੱਖ ਜ਼ਿਆਦਾਤਰ ਜਾਂਦੇ ਜਾਂ ਉਸ ਤਰ੍ਹਾਂ ਦੇ ਸਿੱਖਾਂ ਦੇ ਪ੍ਰੋਗਰਾਮ ਕੀਤੇ ਜਾਂਦੇ ਜਾਂ ਹਿੰਦੂ ਧਰਮ ਮੰਦਰਾਂ ਵਿੱਚ ਉੱਦਾਂ ਦੇ ਪ੍ਰੋਗਰਾਮ ਕੀਤੇ ਜਾਂਦੇ ਜੇ ਮਸੀਤ ਦੇ ਅੰਦਰ ਕਈ ਵਾਰ ਮੁਸਲਮਾਨ ਵੀ ਜਾਂਦੇ, ਪਰ ਹੁਣ ਇੱਥੇ ਆ ਕੇ ਸਾਰੇ ਧਰਮਾਂ ਦੇ ਜਦੋਂ ਬੰਦੇ ਇਕੱਠੇ ਹੁੰਦੇ ਹਨ ਤਾਂ ਮੈਂ ਕਹਿੰਦਾ ਵੀ ਇੱਕ ਉਹ ਬਣ ਜਾਂਦਾ ਜਿਹੜਾ ਸਾਰੇ ਧਰਮਾਂ ਦੀ ਸਾਂਝੀ ਗੱਲ ਆਪਣੇ ਆਪਣੇ ਖਿਆਲ ਰੱਖਣ ਦੀ ਸਾਨੂੰ ਮੌਕਾ ਮਿਲਿਆ ਔਰ ਬਹੁਤ ਚੰਗੇ ਵਿਚਾਰ ਚੰਗੇ ਵਿਦਵਾਨ ਤੋਂ ਮਿਲੇ। ਮੇਰਾ ਖਿਆਲ ਹੈ ਵੀ ਅੱਜ ਦਾ ਪ੍ਰੋਗਰਾਮ ਇੱਕ ਬਹੁਤ ਹੀ ਯਾਦਗਾਰੀ ਪ੍ਰੋਗਰਾਮ ਜਾਏਗਾ। ਥੈਂਕ ਯੂ ਸਰ। ਮੁਬਾਰਕ ਵੀ ਜੋ ਸਾਂਝ ਦਾ ਕਰਾਇਆ ਗਿਆ ਸੀ, ਮੈਂ ਡੈਮੋਕ੍ਰੈਟਿਕ ਕਲੱਬ ਨੂੰ ਬਹੁਤ ਜ਼ਿਆਦਾ ਮੁਬਾਰਕ ਦਿੰਦਾ ਹਾਂ ਜਿਨ੍ਹਾਂ ਨੇ ਇਹ ਪ੍ਰੋਗਰਾਮ ਕਰਾਇਆ। ਇਹ ਸਾਰੇ ਪ੍ਰੋਗਰਾਮ ਜਿਹੜਾ ਔਰਗਨਾਈਜ਼ ਕੀਤਾ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ, ਕਿਉਂਕਿ ਸਾਡੇ ਬਹੁਤ ਮਲੇਰਕੋਟਲੇ 'ਚ ਮੈਨੂੰ 5-4 ਮਹੀਨੇ ਹੋ ਗਏ ਲੱਗੇ ਨੂੰ, ਬਹੁਤ ਸਾਂਝ ਆ ਪਰ ਲੋਕਾਂ 'ਚ ਬੜੀਆਂ ਅਫਵਾਹਾਂ ਆ, ਰਿਵਰ ਬਹੁਤ ਆ ਵੀ ਬੜੀ ਆਫਤ 'ਚ ਇਹਨਾਂ ਦੀ, ਪਰ ਉਹ ਬਹੁਤ ਮਾਈਨਰ ਬਹੁਤ ਥੋੜ੍ਹੇ ਪੱਧਰ 'ਤੇ ਆ, ਪਰ ਉਹਨੂੰ ਮੀਡੀਆ ਦੇ ਤੌਰ 'ਤੇ ਮੈਂ ਤੁਹਾਨੂੰ ਦੱਸਣਾ ਕਿਉਂਕਿ ਮੀਡੀਆ ਦਾ ਵੀ ਕਾਫੀ ਯੋਗਦਾਨ ਆ ਉਹਨੂੰ ਫੈਲਾਉਣ 'ਚ। ਇਸ ਕਰਕੇ ਇਹੋ ਜਿਹੀ ਚੰਗੀਆਂ ਪੋਜ਼ੀਟਿਵ ਖਬਰਾਂ ਦਈਏ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕੀ ਹੈ। ਇਹ ਜਿਹੜੀ ਮਾੜੀ ਜਿਹੀ ਖਬਰ ਹੁੰਦੀ ਆ ਉਹਨੂੰ ਇੰਨਾ ਜ਼ਿਆਦਾ ਫਲੇਵਰ ਦਿੱਤਾ ਜਾਂਦਾ, ਬਾਹਰ ਬੈਠੇ ਨੂੰ ਐਂ ਲੱਗਦਾ ਵੀ ਮਲੇਰਕੋਟਲੇ ਪਤਾ ਨਹੀਂ ਕਿੰਨੀ ਕੁ ਅੱਗ ਲੱਗੀ ਪਤਾ ਨਹੀਂ ਕੀ ਹੋਇਆ, ਪਰ ਇੱਥੇ ਗਰਾਊਂਡ ਲੈਵਲ 'ਤੇ ਲੋਕਾਂ 'ਚ ਬਹੁਤ ਸਾਂਝ ਆ, ਭਾਈਚਾਰਾ। ਮੈਂ ਤੁਹਾਨੂੰ ਵਧਾਈ ਦਿੰਦਾ ਤੁਸੀਂ ਜਿਹੜੀ ਇਹ ਚੀਜ਼ ਨੂੰ ਸ਼ੁਰੂਆਤ ਕੀਤਾ ਅਤੇ ਇਹਨੂੰ ਅੱਗੇ ਵੀ ਕੰਟੀਨਿਊ ਕਰ। ਸਰ ਇਹਦਾ ਜਿਹੜਾ ਇਸ ਕਿਸਮ ਦੇ ਉੱਦਮ ਅਗਰ ਇਹ ਹੁੰਦੇ ਰਹਿਣ ਕੰਟੀਨਿਊਸਲੀ, ਤੁਹਾਨੂੰ ਲੱਗਦਾ ਵੀ ਡਿਫਰੈਂਸਿਸ ਅਗਰ ਧਾਰਮਿਕ ਜੋ ਹੈਗੇ ਅਲੱਗ ਅਲੱਗ ਧਰਮਾਂ ਦੇ ਖਤਮ ਹੋਣਗੇ? ਬਹੁਤ ਜ਼ਿਆਦਾ ਫਰਕ ਪਊਗਾ, ਕਿਉਂਕਿ ਮੀਡੀਆ ਜਿਹੜਾ ਆ ਇੱਕ ਚੌਥਾ ਥੰਮ ਹੈ ਸਾਡੇ ਲੋਕਤੰਤਰ ਦਾ। ਜੇ ਮੀਡੀਆ ਇਹਨੂੰ ਸਭ ਤੋਂ ਵੱਧ ਜੇ
ਜਿੰਨਾ ਪ੍ਰਚਾਰ ਕਰੂਗਾ ਲੋਕਾਂ ਨੂੰ ਹੋਊਗਾ ਉਹਦੇ ਨਾਲ ਲੋਕਾਂ 'ਚ ਸਾਂਝ ਜ਼ਿਆਦਾ ਵਧੂ। ਥੈਂਕ ਯੂ। ਪ੍ਰੋਗਰਾਮ ਵਾਸਤੇ ਜੋ ਔਰਗਨਾਈਜ਼ ਕੀਤਾ ਗਿਆ ਬਹੁਤ ਹੀ ਵਧੀਆ ਅਤੇ ਇੱਕ ਸੱਚੀ ਸੋਚ ਹੈ ਜਿਹੜੀ ਕਿ ਅੱਜ ਹਿੰਦੁਸਤਾਨ ਨੂੰ ਜ਼ਰੂਰਤ ਹੈ, ਔਰ ਇਹ ਜਿਹੜੀ ਸੋਚ ਅਸੀਂ ਸ਼ੁਰੂਆਤ ਕੀਤੀ ਹੈ ਇਹਨੂੰ ਕੰਟੀਨਿਊ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਇਹ ਜਿਹੜੇ ਲੋਕਾਂ ਦੇ ਦਿਲਾਂ 'ਚ ਗੱਲਾਂ ਨੇ ਐਟਲੀਸਟ ਉਹ ਬਾਹਰ ਆ ਸਕਣ, ਉਹਨਾਂ 'ਤੇ ਲੋਕ ਆਪਣੀ ਫੀਲਿੰਗ ਐਕਸਪ੍ਰੈਸ ਕਰਨਗੇ ਤਾਂ ਇਹ ਆਪਣੇ ਆਪ ਹੀ ਸਾਰਾ ਮਾਹੌਲ ਸ਼ਾਂਤੀਨੁਮਾ ਅਤੇ ਵਧੀਆ ਪੁਲਿਸ ਨਾਲ ਬਣ ਜਾਵੇ। ਅੱਜ ਦੇ ਪ੍ਰੋਗਰਾਮ ਨੂੰ ਤੁਸੀਂ ਕਿੰਨਾ ਕਾਮਯਾਬ ਮੰਨਦੇ ਹੋ ਸਰ? ਕਾਮਯਾਬੀ ਬੇਸਿਕਲੀ ਮੈਸੇਜ ਸਾਡਾ ਕੰਮ ਹੁੰਦਾ ਵੀ ਅਸੀਂ ਮੈਸੇਜ ਦੇ ਦਈਏ, ਜਦੋਂ ਅਸੀਂ ਮੈਸੇਜ ਦੇਣ 'ਚ ਕਾਮਯਾਬ ਹੋਵੇ ਤਾਂ ਪ੍ਰੋਗਰਾਮ ਆਪਣੇ ਆਪ ਕਰਦੇ। ਥੈਂਕ ਯੂ। ਮਲੇਰਕੋਟਲਾ ਤੋਂ ਕੈਮਰਾਮੈਨ ਮੁਹੰਮਦ ਕਾਜ਼ਮ ਦੇ ਨਾਲ ਸ਼ਾਹਿਦ ਜਵੈਰੀ ਦੀ ਰਿਪੋਰਟ।